ਤੇ ਅੱਜ ਸ਼ਿਵਾ ਗਾ ਰਹੇ ਨੇ ਔਰ ਜਦ ਮੈਂ ਉਸ ਗੀਤ ਨੂੰ ਖੋਲਦੇ ਆ ਜਦ ਸੁਣਦੇ ਆ ਉਹ ਸਿੱਧਾ ਨਾ ਮੈਨੂੰ ਲੱਗਦਾ ਕੰਨਾਂ ਤੋਂ ਸਿੱਧਾ ਦਿਲ ਤੱਕ ਤੇ ਦਿਲ ਤੋਂ ਰੂਹ ਤੱਕ ਟਰੈਵਲ ਕਰਦਾ ਆ ਤੁਹਾਡੀ ਕੀ ਫੀਲਿੰਗ ਹੈ ਉਸ ਨੂੰ ਲੈ ਕੇ ਬਿਲਕੁਲ ਬਿਲਕੁਲ ਸੇਮ ਮੇਰੀ ਹੈ ਕਿਉਂਕਿ ਮੈਂ ਵੀ ਨਾ ਛੋਟੇ ਹੁੰਦਿਆਂ ਤੋਂ ਜਾਣੀ ਸ਼ਿਵਾ ਮੈਨੂੰ ਬਹੁਤ ਚੰਗੇ ਲੱਗਦੇ ਆ ਜਾਣੀ ਭਗਤ ਕਹਿ ਲਓ ਜਾਂ ਕਹਿ ਲਓ ਕਿ ਮੈਂ ਉਹਨਾਂ ਦੀ ਫਿਲੋਸਫੀ ਨੂੰ ਬਹੁਤ ਪਸੰਦ ਕਰਦਾ ਤੇ ਇਵਨ ਕਿ ਮੈਂ ਉਹਨਾਂ ਦੀ ਮੂਰਤੀ ਵੀ ਜਦੋਂ ਦੇਖਦਾ ਨਾ ਕਿਸੇ ਮੰਦਰ 'ਚ ਮੈਂ ਤਾਂ ਮੈਂ ਉੱਥੋਂ ਵੀ ਦੋ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਮੈਂ ਮਹਿਸੂਸ ਕਰਦਾ ਲੰਘਦਾ ਹੀ ਜਾਣੀ ਜਿਵੇਂ ਸਲਾਮ ਨਹੀਂ ਹੁੰਦੀ ਆਪਦੇ ਖਸਮ ਨਾਲ ਸੋ ਜਾਂਦਾ ਹੀ ਲੈ ਜਾਂਦਾ ਦੋ ਚੀਜ਼ਾਂ ਕਿ ਇੱਕ ਤਾਂ ਜਿਹੜਾ ਮੋਢੇ 'ਤੇ ਨਾਗ ਹੈ ਨਾ ਹਮੇਸ਼ਾ ਤੁਹਾਨੂੰ ਤੁਹਾਡੀ ਜ਼ਿੰਦਗੀ ਅਤੇ ਮੌਤ ਦਾ ਜਿਹੜਾ ਜਿਹੜਾ ਫਾਸਲਾ ਹੈ ਬਿਲਕੁਲ ਉਹ ਦੱਸਦਾ ਕਿ ਬਸ ਉਹ ਇੰਨਾ ਕੀ ਇੰਨਾ ਕੀ ਹੈ ਆਹ ਜ਼ਿੰਦਗੀ ਹੈ ਕੀ ਬਾਤ ਹੈ ਆਹ ਬਹੁਤ ਹੈ ਕਿ ਔਰ ਇੱਕ ਪਿੰਡੇ 'ਤੇ ਬਲੀ ਹੋਈ ਰਾਖ ਦੇਖ ਹਮੇਸ਼ਾ ਮਹਿਸੂਸ ਹੁੰਦਾ ਕਿ ਯਾਰ ਬਾਬਾ ਜਿਵੇਂ ਮੈਨੂੰ ਕਹਿੰਦਾ ਹੋਵੇ ਵੀ ਤੂੰ ਠੀਕ ਆ ਬਾਹਲਾ ਬੰਨ ਠੰਡ ਕੇ ਜਿਹੜੀ ਰਹਿੰਦਾ ਵੀ ਬਾਹਲਾ ਐਵੇਂ ਨਾ ਇਹਨੂੰ ਲਿਪ ਪੋਚੀ ਕਰੀ ਵੀ ਸਿੰਪਲ ਰਹਿ ਬਸ ਕੁਛ ਨਹੀਂ ਹੈ ਇਹਦੇ 'ਚ ਆਹ ਤਾਂ ਸਾਰੀ ਮਿੱਟੀ ਹੈ ਆਖਰ ਇਹਨੇ ਮਿੱਟੀ ਹੋਈ ਹੋ ਜਾਣਾ